ਪਰਿਵਾਰ ਦੀ ਮਰਜ਼ੀ ਦੇ ਖਿਲਾਫ ਕੁੜੀ ਨੇ ਕਰਵਾਇਆ ਵਿਆਹ ਤਾਂ ਪੇਕਿਆਂ ਨੇ ਧੀ ਤੇ ਜਵਾਈ ਤੇ ਚਲਾ ਦਿੱਤੀਆਂ ਤਲਵਾਰਾਂ। ਹਮਲੇ ਦੇ ਵਿੱਚ ਇਹਨਾਂ ਨੇ ਛੋਟੀ ਬੱਚੀ ਤੇ ਵੀ ਨਹੀਂ ਕੀਤਾ ਰਹਿਮ। ਤਾਂ ਦੱਸਦੇ ਕਿ ਮੱਥਾ ਟੇਕ ਕੇ ਇੱਕ ਜੋੜਾ ਆਪਣੇ ਘਰ ਵਾਪਸ ਆ ਰਿਹਾ ਹੁੰਦਾ ਹੈ ਤਾਂ ਇਹਨੇ ਨੂੰ ਕੁੜੀ ਦੇ ਪੇਕੇ ਵਾਲੇ ਇਹਨਾਂ ਨੂੰ ਰਸਤੇ ਦੇ ਵਿੱਚ ਘੇਰ ਲੈਂਦੇ ਨੇ ਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਲੱਗ ਜਾਂਦੇ ਨੇ ਤੇ ਇਹਨਾਂ ਦੇ ਵੱਲੋਂ ਲੜਕੀ ਦੇ ਗਲੇ ਤੇ ਤਲਵਾਰ ਮਾਰ ਦਿੱਤੀ ਜਾਂਦੀ ਹੈ, ਜਦਕਿ ਆਪਣੇ ਜਵਾਈ ਦੇ ਸਿਰ ਤੇ ਵੀ ਕਾਫੀ ਗੰਭੀਰ ਸੱਟਾਂ ਮਾਰ ਦਿੱਤੀਆਂ ਜਾਂਦੀਆਂ। ਤੇ ਇਹ ਇੱਥੇ ਨਹੀਂ ਰੁਕਦੇ, ਸਗੋਂ ਇਹਨਾਂ ਦੇ ਵੱਲੋਂ ਇੱਕ ਛੋਟੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ, ਜਿੱਥੇ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਮਾਂ ਤੋਂ ਬੱਚੀ ਖੋਲੀ ਗਈ ਤੇ ਫਿਰ ਇਹਨਾਂ ਦੇ ਵੱਲੋਂ ਉਸ ਨੂੰ ਵੀ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ ਦੋਨੋਂ ਮੌਕੇ ਤੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਤਾਂ ਦੱਸਦੇ ਕਿ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਸਦੀ ਪਤਨੀ ਦੇ ਨਾਲ ਉਸਨੇ ਲਵ ਮੈਰਿਜ ਕਰਵਾਈ ਸੀ ਤਾਂ ਇਸਦੀ ਪਤਨੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ ਤਾਂ ਉਸ ਸ਼ਖਸ ਵੱਲੋਂ ਇਸਨੇ ਡਿਵੋਰਸ ਲੈ ਲਿਆ ਸੀ। ਪਰ ਲੜਕੀ ਦੇ ਇਸ ਫੈਸਲੇ ਤੋਂ ਉਸਦੇ ਪੇਕੇ ਵਾਲੇ ਨਾ ਖੁਸ਼ ਸੀ ਤਾਂ ਇੱਕ ਸਾਲ ਹੋ ਗਿਆ ਸੀ ਇਹਨਾਂ ਦੇ ਵਿਆਹ ਨੂੰ। ਤਾਂ ਹੁਣ ਜਦੋਂ ਉਹ ਮੱਥਾ ਟੇਕ ਕੇ ਆ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਉਸਦੇ ਪਰਿਵਾਰ ਵਾਲੇ ਇਹਨਾਂ ਨੂੰ ਘੇਰ ਲੈਂਦੇ ਨੇ ਤੇ ਜਾਨਲੇਵਾ ਹਮਲਾ ਕਰ ਦਿੰਦੇ ਨੇ, ਜਿਸ ਨਾਲ ਇਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਹਸਪਤਾਲ ਇਹਨਾਂ ਨੂੰ ਦਾਖਲ ਕਰਵਾਇਆ ਗਿਆ। ਇਹਨਾਂ ਦੱਸਿਆ ਕਿ ਇੱਕ ਸਾਲ ਪਹਿਲਾਂ ਇਹਨਾਂ ਨੇ ਵਿਆਹ ਕਰਵਾਇਆ ਸੀ ਤਾਂ ਇਹਨਾਂ ਦੋਨਾਂ ਤੋਂ ਇਹਨਾਂ ਨੂੰ ਇੱਕ ਬੱਚੀ ਵੀ ਹੈ। ਉੱਥੇ ਹੀ ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਨੇ ਪੀੜਤਾਂ ਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਨਾਂ ਨੇ ਲਵ ਮੈਰਿਜ ਕਰਵਾਈ ਸੀ ਪਰ ਮਹਿਲਾ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਨਾ ਖੁਸ਼ ਸੀ, ਜਿਸ ਕਰਕੇ ਇਹਨਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ ਤਾਂ ਬਣਦੀ ਕਾਰਵਾਈ ਹੁਣ ਕੀਤੀ ਜਾਵੇਗੀ। ਗੱਲ ਕੀ, ਅਸੀਂ ਮੱਥਾ ਟੇਕ ਕੇ ਆਉਂਦੇ ਪਏ ਸੀ ਬਾਬੇ ਦਿਓ ਝਿੜੀ ਤੋਂ ਤੇ ਸਾਨੂੰ ਤਾਂ ਯਾਰ ਜਿਹੜਾ ਯਾਦ ਚੇਤੇ ਵੀ ਨਹੀਂ ਸੀਗਾ ਤੇ ਬਸ ਕਿਰਪਾਨਾ ਸੀ ਉਹਨਾਂ ਕੋਲ। ਬਸ ਜਦੋਂ ਅਸੀਂ ਥੋੜ੍ਹੇ ਪਿੰਡ ਦੇ ਲਾਗੇ ਆਏ ਤੇ ਉਹਨਾਂ ਨੇ ਮੋਟਰਸਾਈਕਲ ਘੇਰ ਲੈਣਾ, ਸੈੱਟ ਲਿਆ ਮੋਟਰਸਾਈਕਲ, ਬਸ ਵੱਢਣ ਹੀ ਲੱਗ ਗਏ ਸਾਨੂੰ। ਕੌਣ ਬੰਦੇ ਅਸੀਂ ਦੋਵੇਂ ਜੀ ਸੀਗੇ, ਤੇ ਸਾਡੇ ਨਾਲ ਮੇਰੀ ਭਾਣਜੀ ਸੀ, ਉਹਦਾ ਭੱਜ ਕੇ ਉੱਤਰ ਕੇ ਉਚਾਈ ਗਈ ਚਲੀ। ਮੇਰੀ ਗੁੜੀਆ ਸੀ ਨਿੱਕੀ ਜੀ, ਉਹ ਬੱਚੀ ਸੀਗੀ, ਉਹ ਵੀ ਰੂੜੀਆਂ 'ਤੇ ਡਿੱਗ ਪਈ ਅਤੇ ਮੇਰਾ ਫੋਨ ਸੀ ਉੱਥੇ ਉਹ ਗਵਾਚ ਗਿਆ, ਕਣੀ ਕਿਸੇ ਨੇ ਚੱਕ ਲਿਆ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਕਿੰਨਾ ਨੇ ਮਾਰਿਆ? ਕਿੰਨਾ ਨੇ? ਇਹਦੇ ਚਾਚਾ ਸੀਗਾ ਇੱਕ, ਚਾਚੇ ਦੇ ਮੁੰਡੇ ਸੀਗੇ ਤਿੰਨੇ ਚਾਰੇ, ਇੱਕ ਲੱਛਾ ਸੀਗਾ ਤੇ ਜੈਦੇਵ ਸੀ ਨੰਨੂ ਤੇ ਕਿਹਦੇ ਕਿਹਦੇ ਰਿਸ਼ਤੇਦਾਰ ਕੌਣ ਆਏ ਇਹਦੇ ਘਰ ਦੇ? ਮੇਰੇ ਘਰਵਾਲੀ ਦੇ, ਘਰ ਦੀ ਦੇ, ਮੇਰੇ ਘਰਵਾਲੀ ਦੇ ਸੀਗੇ ਚਾਚੇ। ਉਹਨਾਂ ਨੇ ਕਿਉਂ ਕੁੱਟਿਆ ਤੁਹਾਨੂੰ? ਸਾਡੀ ਕੋਰਟ ਮੈਰਿਜ ਹੋਈ ਸੀਗੀ। ਕਿੰਨੀ ਦੇਰ ਪਹਿਲਾਂ? ਬਾਬਾ ਟਾਈਮ ਹੋ ਗਿਆ, ਗੁੜੀਆ ਵੀ ਆ ਸਾਡੇ ਤਾਂ ਜੀ, ਅਸੀਂ ਪਹਿਲਾਂ ਪਿੰਡ ਰਹਿੰਦੇ ਸੀ, ਅੱਜ ਹੀ ਪਤਾ ਨਹੀਂ ਕੀ ਖੋਰ ਕੱਢਿਆ, ਅਸੀਂ ਮੱਥਾ ਟੇਕਣ ਜਾਂਦੇ ਪਏ ਮੁੜ ਕੇ ਆਏ ਹਾਂ। ਬਸ ਉਹਦੀ ਮਾਸੀ ਨੇ ਫੋਨ ਲਾਇਆ ਉੱਥੋਂ ਝਿੜਗੋਂ ਬਾਬੇ ਦੀ ਜਗ੍ਹਾ ਤੋਂ ਵੀ ਕਹਿੰਦੀ ਉਹ ਤੁਰ ਪਏ ਆ ਉੱਥੋਂ, ਸਾਡੇ ਆ ਚੇਤੇ ਨਹੀਂ ਗਾ। ਕਿੰਨੇ ਸਾਲ ਹੋ ਗਏ ਮੈਰਿਜ ਨੂੰ, ਵਿਆਹ ਨੂੰ? ਸਾਲ ਹੋ ਗਿਆ ਜੀ। ਲਵ ਮੈਰਿਜ ਕਰੀ ਸੀ? ਹਾਂਜੀ। ਵਿਰੋਧ ਕਰਦੇ ਸੀ ਤੁਹਾਡਾ ਵਿਆਹ ਦਾ? ਹਾਂਜੀ, ਵਿਰੋਧ ਹੀ ਕਰਦੇ ਸੀਗੇ। ਉਹ ਵਿਰੋਧ ਕਰਦੇ ਸੀਗੇ ਜਿਹੜਾ ਪਹਿਲਾਂ ਕਰਨਾ ਸੀ ਉਹਨੂੰ ਕੋਈ ਚੱਕਰ ਨਹੀਂ।
ਜਿਹੜਾ ਪਹਿਲਾਂ ਘਰਾਂ ਵਾਲਾ ਸੀ ਇਹਦੇ ਹੈ ਨਾ ਜੀ, ਉਹਨੂੰ ਕੋਈ ਚੱਕਰ ਨਹੀਂ, ਉਹ ਸਾਡੇ ਨਾਲ ਗੱਲ ਵੀ ਕਰਦਾ, ਸਾਰਾ ਕੁਛ ਕਰਦਾ ਵਾ, ਠੀਕ ਆ, ਉਹ ਸਾਨੂੰ ਫੋਨ ਵੀ ਵਾਰ ਵਾਰ ਲਾਉਂਦਾ, ਉਹਨੂੰ ਕਹਿੰਦਾ ਮੈਨੂੰ ਕੋਈ ਚੱਕਰ ਨਹੀਂ ਗਾ। ਹਾਂਜੀ ਆ ਗੁੜੀਆ ਮੇਰੀ ਆ, ਮੇਰਾ ਭਰਾ ਵੀਰੇ ਕਿਵੇਂ ਜ਼ਖਮੀ ਹੋਏ? ਇਹ ਜ਼ਖਮੀ ਉਹਨਾਂ ਨੇ ਕਿਰਪਾਨਾਂ ਸੀ ਟੋਕਣਾ ਸੀ ਵੱਢਣ ਹੀ ਲੱਗ ਗਏ ਵੀਰੇ, ਕੁਛ ਨਹੀਂ ਬੋਲੇ ਉਹਨਾਂ ਨੇ, ਫਾੜ ਹੀ ਲਏ। ਇਹ ਕਿੱਥੋਂ ਜਾ ਰਹੀ ਕਿੱਥੇ ਜਾ ਰਹੀ? ਇਹ ਬਾਬੇ ਦੇ ਝਿੜੂਓਂ ਮੱਥਾ ਟੇਕ ਕੇ ਆ ਰਹੇ ਸੀਗੇ, ਇੱਕ ਮੇਰੀ ਬੇਟੀ ਸੀਗੀ ਅਤੇ ਅੱਗੇ ਮੇਰੀ ਭਰਜਾਈ ਸੀ, ਤਿੰਨੇ ਜਾਣੇ ਸੀਗੇ। ਅਤੇ ਇਹਦਾ ਤਲਾਕ ਹੋਇਆ ਸੀਗਾ ਕੁੜੀ ਦਾ, ਅਤੇ ਵੀ ਇਹਨਾਂ ਨੇ ਆਪਸ ਨੂੰ ਪਸੰਦ ਕਰਦੇ ਸੀ ਅਤੇ ਇਹਨਾਂ ਨੇ ਵਿਆਹ ਕਰਾ ਲਿਆ ਦੋਵਾਂ ਨੇ। ਅੱਛਾ, ਹਾਂਜੀ। ਉਹਨਾਂ ਨੇ ਮਾਰਿਆ ਕਿਉਂ? ਮਾਰਿਆ ਵੀ ਤੂੰ ਲਵ ਮੈਰਿਜ ਕਾ ਤੋਂ ਇਹਦੇ ਨਾਲ ਕਰਾਈ ਹੈ, ਵੀ ਸਾਡੀ ਬਦਨਾਮੀ ਕਰਾਉਂਦੀ ਪਿੰਡ 'ਚ, ਤਾਂ ਮਾਰਿਆ ਉਹਨਾਂ ਨੇ। ਕਿੰਨੀ ਦੇਰ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ? ਸਾਲ ਹੋ ਗਿਆ ਵੀਰੇ। ਉਹ ਪਹਿਲਾਂ ਵੀ ਕੋਈ ਵਿਰੋਧ ਕਰਦੇ ਸੀਗੇ? ਹਾਂਜੀ, ਪਹਿਲਾਂ ਵੀ ਇਹਦੇ ਗਲ ਪਏ ਕੁੜੀ ਦੇ, ਇਹਦੀ ਲੈਟਰੀਨ ਬਾਥਰੂਮ ਪਹਿਲਾਂ ਵੀ ਕੱਢ ਕੇ ਆਏ ਸੀਗੇ ਅਤੇ ਇਹਦੇ ਜਵਾੜੇ ਭੰਨੇ ਸੀ ਕੁੜੀ ਦੇ ਉਹਨਾਂ ਨੇ। ਉਹ ਹੋ ਗਿਆ ਵਾ ਸਾਲ ਇਸ ਗੱਲ ਨੂੰ, ਅਤੇ ਉਦੋਂ ਮੈਡਮ ਨੇ ਨਿਬੇੜਤਾ ਸੀ, ਵੀ ਮੈਡਮ ਕਹਿੰਦੀ ਜਿੱਥੇ ਮਰਜ਼ੀ ਰਹੇ ਵੀ ਤੁਸੀਂ ਇਹਨੂੰ ਹੱਥ ਨਹੀਂ ਲਾਉਣਾ ਗਾ, ਵੀ ਨਹੀਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਊਗੀ। ਹੁਣ ਕੀ ਹੋਇਆ? ਹੁਣ ਕੁਛ ਵੀ ਨਹੀਂ ਹੋਇਆ, ਨਜਾਇਜ਼ ਜੀ ਗੱਲ ਪੈ ਗਏ ਤਾਂ ਉਹਦਾ ਆਣ ਕੇ ਇਹ ਸੱਦੇ ਸੀ, ਅਸੀਂ ਮਰਗ ਹੋ ਗਈ, ਸਾਡੇ ਉੱਥੇ ਮਰਗ 'ਤੇ ਆਏ ਸੀਗੇ, ਪ੍ਰਾਹੁਣਾ ਮਰ ਗਿਆ ਅਤੇ ਆਉਂਦਿਆਂ ਨੇ ਗਲ ਪੈ ਗਏ ਬਸ ਇਹਨਾਂ ਦੇ ਝਿੜੀ ਤੋਂ ਆਉਂਦਿਆਂ ਦੇ ਬਾਬੇ ਦੇ। ਮੱਥਾ ਟੇਕ ਕੇ ਆ ਰਹੇ? ਹਾਂਜੀ, ਮੱਥਾ ਟੇਕ ਕੇ ਆ ਰਹੇ ਸੀਗੇ ਬਾਬੇ ਦੇ। ਕਿੰਨੇ ਜਾਣੇ ਸੀਗੇ? ਇਹ 3 ਜਾਣੇ ਸੀਗੇ ਅਤੇ ਉਹ ਸੀਗੇ 10 ਜਾਣੇ, ਘਰਦੇ ਸੀ ਦੱਸੇ, ਅਤੇ ਅੱਧਿਆਂ ਕੋਲ ਕਿਰਪਾਨਾਂ ਸੀ, ਅੱਧਿਆਂ ਕੋਲ ਟੋਕੀਆਂ ਸੀ ਅਤੇ 10 ਸੀਗੇ, ਅਤੇ ਕੁੜੀ ਦਾ ਗਲ ਵੱਢਤਾ ਇਹਦਾ ਅਤੇ ਮੇਰੇ ਭਰਾ ਦਾ ਸਿਰ ਪਾੜਤਾ ਉਹਨਾਂ ਨੇ। ਸਾਨੂੰ ਪਤਾ ਲੱਗਿਆ ਵੀ ਰਾਮ ਸਿੰਘ ਨਾਮ ਦਾ ਆਦਮੀ ਅਤੇ ਇੱਕ ਲੜਕੀ ਅਮਨਦੀਪ ਕੌਰ ਸਰਕਾਰੀ ਹੋਸਪਿਟਲ ਦਾਖਲ ਨੇ, ਉਹਨਾਂ ਦਾ ਬਿਆਨ ਲੈਣ ਵਾਸਤੇ ਮੈਂ ਆਇਆ। ਇਹ ਪਤਾ ਲੱਗਿਆ ਵੀ ਜਿਹੜੀ ਲੜਕੀ ਅਮਨਦੀਪ ਕੌਰ ਹੈ, ਇਹ ਪਹਿਲਾਂ ਪਿੰਡ ਹਰੀਏ ਵਾਲੇ ਸ਼ਾਦੀਸ਼ੁਦਾ ਸੀਗੀ, ਅਣਬਣ ਹੋਣ ਤੋਂ ਬਾਅਦ ਫਿਰ ਇਹ ਆਪਣੇ ਪੇਕੇ ਪਿੰਡ ਇੰਦਗੜ੍ਹ ਆ ਗਈ ਸੀਗੀ ਜੀ। ਇੰਦਗੜ੍ਹ ਆਣ ਕੇ ਫਿਰ ਇੰਦਗੜ੍ਹ ਦਾ ਮੁੰਡਾ ਰਾਮ ਸਿੰਘ ਹੈਗਾ, ਉਹਦੇ ਨਾਲ ਇਹਦਾ ਲਵ ਹੋ ਗਿਆ, ਇਕੱਠੇ ਰਹਿਣ ਲੱਗ ਗਿਆ ਆਪਸ ਵਿੱਚ। ਅਤੇ ਇਸ ਗੱਲ ਦਾ ਫਿਰ ਜਿਹੜੇ ਲੜਕੀ ਦੇ ਪੇਰੈਂਟਸ ਸੀਗੇ ਉਹ ਇਤਰਾਜ਼ ਕਰਦੇ ਸੀਗੇ, ਅਤੇ ਤਾਂ ਕਰਕੇ ਇਹਨਾਂ ਦਾ ਵੀ ਇਹਨਾਂ ਦਾ ਲੜਾਈ ਹੋਈ ਜਾਂਦੀ। ਜਿਹੜਾ ਲੜਕਾ ਰਾਮ ਸਿੰਘ ਹੈ ਉਹਦੇ ਸੱਟਾ ਬਲੰਟ ਨੇ, ਅਤੇ ਜਿਹੜਾ ਲੜਕੀ ਅਮਨਦੀਪ ਕੌਰ ਸੱਟਾ ਸ਼ਾਰਪ ਨੇ। ਬਾਕੀ ਮੈਂ ਬਿਆਨ ਲੈ ਰਿਹਾ ਜੋ ਵੀ ਰਿਕਾਰਡ ਦੇ ਵਿੱਚ ਹੈਗਾ, ਡਾਕਟਰ ਸਾਹਿਬ ਲਿਖਿਆ ਉਹਦੇ ਮੁਤਾਬਕ ਅਸੀਂ ਬਣਦੀ ਕਾਰਵਾਈ ਕਰ ਦਿਆਂਗੇ। ਉਹ ਲੜਕੀ ਦੇ ਪੇਰੈਂਟਸ ਨੇ ਘਰ, ਉਹਨਾਂ ਦੇ ਮਤਲਬ ਮਾਂ ਬਾਪ ਨੇ ਉਹਨਾਂ ਦੇ, ਬਸ ਜੋ ਸਟੇਟਮੈਂਟ ਦੇਣਗੇ ਰਾਮ ਸਿੰਘ ਅਤੇ ਅਮਨਦੀਪ ਕੌਰ ਉਹਦੇ ਮੁਤਾਬਕ ਅਸੀਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਕਰ ਦਿਆਂਗੇ।